ਈਸ਼ੂ ਤੂੰ ਪਾਗਲ ਹੋਇਆ ਕਰਨੀ ਰਾਤ ਨੂੰ ਘਰੇ ਆ ਗਿਆ ਯਾਰ, ਜੇ ਕਿਸੇ ਨੇ ਦੇਖ ਲਿਆ ਔਖਾ ਹੋ ਜੂ ਫਿਰ। ਯਾਰ ਮੇਰੀ ਗੱਲ ਸੁਣ ਲੈ, ਕੌਣ ਦੇਖੂਗਾ, ਮੈਂ ਕਿਹੜਾ ਕਿਸੇ ਨੂੰ ਦੱਸ ਕੇ ਆ, ਨਾਲੇ ਮੈਂ ਤੇਰੇ ਪਿੱਛੇ ਪਾਗਲ। ਆਹੋ ਜੇ ਘਰਦਿਆਂ ਨੇ ਵੇਖ ਲਿਆ ਮੇਰੇ ਜੁੱਤੀਆਂ ਪੈਣਗੀਆਂ ਨਾ। ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਇੰਨਾ ਪਿਆਰ ਕਰਦਾ, ਹੁਣ ਤਾਂ ਮੈਂ ਤੇਰੇ ਕੋਲ ਹੀ ਆਇਆ, ਅੱਗੇ ਤੋਂ ਸਿੱਧੇ ਮੱਥੇ ਦਿਨੇ ਮੰਮੀ ਕੋਲ ਆਊਂਗਾ ਸਿੱਧਾ। ਕਿਉਂ ਤੂੰ ਮੇਰੇ ਜੁੱਤੀਆਂ ਪਾਉਣੀਆਂ ਨੇ? ਯਾਰ ਜੁੱਤੀਆਂ ਪਾਉਣ ਵਾਲੀ ਸੱਚੀ ਕੀ ਗੱਲ ਹੈ, ਸੱਚੀ ਨਹੀਂ ਮੇਰਾ ਤੇਰੇ ਬਿਨਾਂ ਦਿਲ ਲੱਗਦਾ, ਮੈਂ ਤੇਰੇ ਨਾਲ ਵਿਆਹ ਕਰਾਉਣਾ, ਤੂੰ ਕਰ ਲੈਣਾ ਘਰੇ ਗੱਲ। ਨਾ ਨਾ ਹਜੇ ਕਿੱਥੇ, ਹਜੇ ਤਾਂ ਪੜ੍ਹਾਈ ਚੱਲ ਰਹੀ ਆ ਦੋਵਾਂ ਦੀ, ਪਹਿਲਾਂ ਪੜ੍ਹਾਈ ਤਾਂ ਪੂਰੀ ਕਰ ਲਾ। ਯਾਰ ਆਪਾਂ ਦੋਨੇ ਜਾਣੇ ਪੜ੍ਹਨ ਵਾਲੇ ਕਰਾਂਗੇ ਨਾ, ਤੂੰ ਐਂ ਕਿਉਂ ਕਰਦੀ ਆ? ਨਹੀਂ ਹਜੇ ਜਮਾ ਨਹੀਂ ਪੋਸੀਬਲ ਹੈਗਾ, ਵਿਆਹ ਵਿਆਹ ਤਾਂ ਤੂੰ ਕਰੀ ਜਾਂਦਾ, ਪੈਸੇ ਹੈਗੇ ਨੇ ਵਿਆਹ ਕਰਾਉਣ ਵਾਸਤੇ? ਯਾਰ ਪੈਸੇ ਹੀ ਕਹਿੰਦੇ, 800 ਦੀ ਤਾਂ ਸ਼ੋਪਿੰਗ ਕਰਾ ਦੀ ਤੈਨੂੰ, ਹੋਰ ਦੱਸ ਕੀ। ਆਹੋ 800 'ਚ ਵਿਆਹ ਹੋ ਜਾਂਦਾ ਹੁੰਦਾ, ਤੂੰ ਕਹੀ ਤਾਂ ਨਾ ਹਾਂ ਵਿਆਹ ਹੋ ਜੂਗਾ, ਕਿੱਥੋਂ ਲਿਆ ਕਰਨਾ ਪੈਸੇ, ਪਤਾ ਕਿੰਨਾ ਪੈਸਾ ਚਾਹੀਦਾ ਵਿਆਹ ਵਾਸਤੇ? ਗੱਲ ਤਾਂ ਸੁਣ ਲੈ, ਹਾਂ ਇਹ ਗੱਲ ਕਹਾਂ ਬੋਲ, ਹੁਣ ਤਾਂ ਵਿਆਹ ਹੁੰਦਾ ਨਹੀਂ ਮੇਰੇ ਕੋਲ, ਨਾ ਮੰਮੀ ਤੇ ਪਾਪੀ ਦੀਆਂ ਟੂਮਾਂ ਪਈਆਂ ਨੇ, ਮੇਰੀ ਨਵਾਰੀ 'ਚ ਰੱਖੀਆਂ ਹੋਈਆਂ ਨੇ ਉਹਨਾਂ ਨੇ। ਅੱਛਾ ਤੂੰ ਮੇਰੇ ਨਾਲ ਭੱਜ ਜਾਏਂਗੇ, ਆਪਾਂ ਭੱਜ ਕੇ ਵਿਆਹ ਕਰਾ ਲਾਂਗੇ, ਕਿਉਂ ਕਰਦੀ ਹੈ ਯਾਰ? ਚੱਲ ਕੋਈ ਨਾ ਦੇਖ ਲਾਂਗੇ, ਐਵੇਂ ਕਰੀ ਤੂੰ ਨਾ ਇੱਕ ਟੂਮਾ ਮੈਨੂੰ ਫੜਾ ਦੀ ਹੈ ਨਾ, ਮੈਂ ਸੰਭਾਲ ਕੇ ਰੱਖ ਲਾ ਦੂੰਗਾ, ਜਿੱਦਾਂ ਹਾਂ ਸਬੱਬ ਬਣਿਆ ਆਪਾਂ ਉਹਦੇ ਬਾਅਦ ਚੱਲਾਂਗੇ। ਯਾਰ ਜਿੱਦਣ ਸਬੱਬ ਬਣਿਆ ਮੈਂ ਟੂਮਾ ਹੀ ਉਹਦੇ ਚੱਕ ਲਿਆਉਂਦਾ। ਬਸ ਮੈਨੂੰ ਲੱਗ ਗਿਆ ਪਤਾ ਤੈਨੂੰ ਮੇਰੇ 'ਤੇ ਨਹੀਂ ਭਰੋਸਾ ਹੈਗਾ, ਚੱਲ ਠੀਕ ਆ। ਕੋਈ ਗੱਲ ਨਹੀਂ, ਕੀ ਭਰੋਸਾ ਕਿਉਂ ਨਹੀਂ ਹੈਗਾ, ਮੈਨੂੰ ਤੇਰੇ 'ਤੇ ਭਰੋਸਾ ਹੀ ਹੈ, ਜੇ ਭਰੋਸਾ ਤਾਂ ਹੀ ਉਹ ਐਡੀ ਦੂਰ ਆ ਗਿਆ ਤੈਨੂੰ ਰਾਤ ਨੂੰ ਮਿਲਣ। ਫਿਰ ਮੰਨ ਲਾ। ਚੱਲ ਚੰਗਾ, ਮੈਂ ਤੈਨੂੰ ਸਾਰੀਆਂ ਧੂਮਾਂ ਲਿਆ ਕੇ ਫੜਾ ਦੂੰਗਾ। ਚੱਲ ਠੀਕ ਆ। ਪਰ ਵਿਆਹ ਕਰਾਵਾਂਗੇ ਨਾ ਆਪਾਂ? ਹਾਂ ਹਾਂ ਪੱਕਾ? ਹਾਂ ਹੈਂ ਚੱਲ ਠੀਕ ਆ, ਮੈਂ ਜਾਣੀ ਆ ਵੀ ਕਿਸੇ ਨੇ ਦੇਣਾ, ਫਿਰ ਔਖਾ ਹੋ ਜੂਗਾ। ਯਾਰ ਦੇਖੀ ਹੁਣ ਮੰਨ ਲਿਆ ਕਰ, ਮੰਨ ਲਿਆ ਕਰ ਈਸ਼ੂ। ਪੱਕਾ? ਹਾਂ ਚੱਲ ਠੀਕ, ਚੱਲ ਚੰਗਾ। ਕੀ ਹੈ ਯਾਰ, 24 ਘੰਟੇ ਰੋਂਦਾ ਹੀ ਰਹਿੰਦਾ। ਉਹ ਯਾਰ ਰੋਣ ਵਾਲੀ ਕੀ ਗੱਲ ਹੈ, ਮੇਰੀ ਗੱਲ ਸੁਣ, ਹੁਣ ਤਾਂ ਹੀ ਸਿੰਗੜੀ ਛੇੜੀ ਹੈ, ਤੂੰ ਹੀ ਬਈ ਕਰ ਹੱਲ ਹੁਣ ਇਹਦਾ। ਯਾਰ ਕੀ ਆ ਯਾਰ, ਮੇਰੀ ਗੱਲ ਤਾਂ ਸੁਣ ਲੈ, ਉਹ ਮੰਨੀ ਵੀ ਜਾਂਦੀ ਹੈ ਔਰ ਕਦੇ ਕਦੇ ਕੰਜਰ ਦੀ ਨਾ ਜੀ ਵੀ ਕਰ ਜਾਂਦੀ ਹੈ ਯਾਰ। ਹੁਣ ਮੈਨੂੰ ਐਂ ਦੱਸ, ਸੀਰੀਅਸ ਹੈ ਤੇਰੇ ਪਿੱਛੇ? ਹਾਂ ਸੀਰੀਅਸ ਹੈ, ਮੈਨੂੰ ਕਹਿੰਦੀ ਕੋਈ ਚੱਕਰ ਨਹੀਂ, ਜਿੱਥੇ ਮਰਜ਼ੀ ਲੈ ਜਾ ਭਜਾ ਕੇ, ਉੱਥੇ ਵਗ ਚੱਲੋ। ਪੱਕਾ? ਹਾਂ ਹੁਣ ਐ ਕਰ ਫਿਰ ਤੂੰ, ਹਾਂ ਮੈਨੂੰ ਲੈ ਕੇ ਲੈ ਜਾ ਭਜਾ ਕੇ, ਠੀਕ ਹੈ? ਅੱਗੇ ਤੇਰਾ ਹੀਲਾ ਮੈਂ ਆਪ ਹੀ ਕਰ ਦੂੰਗਾ। ਉਹ ਲੈ ਤਾਂ ਜਾਊਂਗਾ ਭਜਾ ਕੇ ਤੈਨੂੰ ਅੱਗੇ, ਪਹਿਲਾਂ ਉਹਨੂੰ ਟਾਈਮ ਤਾਂ ਲੱਗਣ ਦਿਓ, ਕਹਿੰਦੀ ਹੱਥਾਂ ਤੜਕੇ ਜਦੋਂ ਵੀ ਟਾਈਮ ਮਿਲ ਗਿਆ ਮੈਂ ਘਰੇ ਕੀ ਕਹੂੰਗਾ। ਉਹ ਯਾਰ ਬਾਈ ਪਹਿਲਾਂ ਸਾਰੀ ਪਲੈਨਿੰਗ ਕਰਨੀ ਪੈਂਦੀ ਆ, ਵਕੀਲ ਨਾਲ ਗੱਲ ਕਰ ਲੂੰਗਾ ਮੈਂ, ਠੀਕ ਹੈ? ਚੰਡੀਗੜ੍ਹ ਰੂਮ ਬੁੱਕ ਕਰਾ ਦੂੰਗਾ ਤੇਰਾ, ਫੇਰ ਤਾਂ ਖੁਸ਼ ਆ ਬਾਬਾ ਗੁਰੂ। ਫੇਰ ਤਾਂ ਖੁਸ਼ ਆ, ਘਰ ਵਾਲੇ ਸਰ ਵਾਲਿਆਂ ਨੂੰ ਕੀ ਕਹੂੰਗਾ ਵੀ ਕਿੱਧਰ ਜਾਂਦਾ। ਉਹ ਘਰਦਿਆਂ ਨੂੰ ਕਹਿ ਦੇ ਮੈਂ ਦਿੱਲੀ ਚੱਲਿਆ, ਮੈਨੂੰ ਕੰਮ ਮਿਲ ਗਿਆ, 6 ਮਹੀਨੇ ਮੈਂ ਮੁੜਦਾ ਨਹੀਂ ਹੈਗਾ। ਨਾਲੇ ਐਵੇਂ ਹੈ ਜੇ ਹੁਣੀ ਤੂੰ ਘਰੋਂ ਭੱਜ ਗਿਆ ਹੈ ਨਾ, ਕੋਈ ਗੱਲ ਕਰੇ ਬਿਨਾਂ ਨਾ ਤੈਨੂੰ ਮਿੰਟ 'ਚ ਲੱਭ ਲੈਣਗੇ, ਠੀਕ ਹੈ? ਨਾਲੇ ਤੇਰੇ ਭਰਾ ਫੌਜੀ ਦਾ ਲਿੰਕ ਬਾਲੇ ਨੇ, ਉਹਨਾਂ ਨੇ ਮਿੰਟ 'ਚ ਲੱਭ ਲੈਣਾ ਤੁਹਾਨੂੰ, ਘਰੇ ਪੱਕਾ ਕੰਮ ਕਰਕੇ ਜਾਈ ਵੀ ਬੇਬੇ ਮੈਂ ਨਹੀਂ ਆਉਂਦਾ ਹੈਗਾ, 6 ਮਹੀਨੇ ਮੈਨੂੰ ਮਿਲ ਗਈ ਨੌਕਰੀ, ਠੀਕ ਹੈ? ਵੀ ਵਿਹਲਾ ਫਰੀ ਜਾਂਦਾ, ਠੀਕ ਹੈ? ਉੱਧਰ ਉਹਨੂੰ ਤਾਂ ਚੱਲ ਪਜਾ ਕੇ ਲਈ ਜੇ, ਕੋਈ ਚੱਕਰ ਨਹੀਂ ਹੈਗਾ, ਘੱਟੋ ਘੱਟ ਤੇਰੇ ਘਰੇ ਤਾਂ 6 ਮਹੀਨੇ ਤੈਨੂੰ ਟੋਕਣ ਨਾ। 2 ਦਿਨ ਹੁਣ ਮੈਂ ਅੱਜ ਆਥਣੇ ਆ ਜਾਊਂ, ਫਿਰ ਤੇਰੇ ਕੋਲੇ ਰਹਿ ਲਊ ਮੈਂ। ਮੇਰੇ ਕੋਲ ਆ ਜਾਈ ਚੰਗਾ, ਕੋਈ ਚੱਕਰ ਨਹੀਂ। ਚੰਗਾ ਹੂੰ, ਚੱਲ ਚੰਗਾ, ਫਿਰ ਹੁਣ ਮੈਂ ਜਾ ਕੇ ਬੇਬੇ ਨਾਲ ਗੱਲ ਕਰਦਾ ਤੇ ਫਿਰ ਆਉਣਾ ਮੈਂ ਆਥਣ ਤੱਕ ਆ ਜਾਊਂ, ਚੰਗਾ ਤੇਰੇ ਕੋਲ। ਚੱਲ ਫੋਨ ਮਾਰ ਕੇ ਆਈ ਮੈਨੂੰ ਪੱਕਾ। ਚੱਲ ਚੰਗਾ, ਫੋਨ ਮਾਰ ਕੇ। ਚੰਗਾ ਚੰਗਾ। ਸਾਲਾ ਨਾ ਕੁੜੀਆਂ ਦਿਮਾਗ ਖਰਾਬ ਕਰ ਦਿੰਦੀਆਂ ਨੇ ਬੰਦੇ ਦਾ। ਚੱਲ ਜਿਹੜਾ ਕੁਛ ਕਰਦਾ ਕਰੀ ਜਾਣਦੇ, ਹੁਣ ਨਾਲ ਤਾਂ ਖੜਨਾ ਹੀ ਪਊਗਾ। ਕਿਵੇਂ ਮਾਤਾ? ਬੇ ਮੈਂ ਤਾਂ ਠੀਕ ਹਾਂ ਭਾਈ, ਤੂੰ ਦੱਸ ਕਿਵੇਂ? ਅੱਜ ਕੱਲ੍ਹ ਬਾਹਲਾ ਹੀ ਬਾਹਰ ਅੰਦਰ ਜੇ ਫਿਰਦਾ ਰਹਿਣਾ ਗਾ, ਦਰਸ਼ਨ ਹੀ ਨਹੀਂ ਦਿੰਦਾ। ਉਹ ਨਹੀਂ ਯਾਰ ਮਾਤਾ, ਮੈਨੂੰ ਤਾਂ ਨਾ ਆਪਦੇ ਅੱਗੇ ਫਿਊਚਰ ਦੀ ਟੈਨਸ਼ਨ ਹੋ ਰਹੀ ਹੈ, ਮੈਂ ਤੇਰੇ ਨਾਲ ਸਲਾਹ ਕਰਨੀ ਸੀ। ਮੇਰੇ ਨਾਲ ਸਲਾਹ ਕਰਨੀ ਸੀ?
ਆਹੋ ਯਾਰ, ਮੇਰੀ ਮਾਂ ਤੂੰ ਹੀ ਆ, ਤੇਰੇ ਨਾਲ ਹੀ ਸਲਾਹ ਕਰੂੰ, ਹੋਰ ਕਿਹਦੇ ਨਾਲ ਕਰੂੰਗਾ। ਮਾਂ ਤਾਂ ਮੈਂ ਹੀ ਆ ਤੇਰੀ, ਪਰ ਸਲਾਹ ਵਾਲੀ ਗੱਲ ਜੀ ਪੁੱਤ ਮੈਨੂੰ ਜਚੀ ਨਹੀਂ। ਮੇਰੀ ਗੱਲ ਸੁਣ। ਸੁਣਾ ਦੇ। ਮੇਰਾ ਨਾ ਮਿੱਤਰ ਹੈ ਇੱਕ, ਉਹ ਦਿੱਲੀ ਗੜਗਾਓਂ ਕੋਲੇ ਨਾ ਮਰੂਤੀ ਸੰਯੁਕਤੀ ਕੰਪਨੀ 'ਚ ਲੱਗਿਆ ਹੋਇਆ ਗੱਡੀਆਂ ਵਾਲੀ 'ਚ, ਉਹਦੇ ਨਾਲ ਮੇਰੀ ਗੱਲ ਹੋਈ ਸੀ। ਮੈਂ ਉਹਦੇ ਕੋਲ ਕੰਮ 'ਤੇ ਵਗ ਗਿਆ ਦਿੱਲੀ। ਹਾਂ ਉਹ ਵੀ ਤੂੰ? ਆਹੋ 10,000 ਰੁਪਇਆ ਉਹ ਪਹਿਲੇ ਮਹੀਨੇ ਦੇਣਗੇ, ਉਦੋਂ ਬਾਅਦ ਉਹ ਵਧਾ ਦੇਣਗੇ। 2-3 ਮਹੀਨਿਆਂ 'ਚ 5 ਮਹੀਨਿਆਂ 'ਚ 20,000 ਰੁਪਇਆ ਤਨਖਾਹ ਹੋਜੂ। ਤਨਖਾਹ ਤਾਂ ਹੋਜੂ, ਤੇਰੀ ਗੱਲ ਮੰਨ ਲਈ ਮੈਂ, ਪਰ ਪੁੱਤ ਇੱਥੇ ਤਾਂ ਤੂੰ ਨਾ ਮੰਜੇ 'ਤੇ ਬੈਠਾ ਪਾਣੀ ਦਾ ਗਲਾਸ ਮੰਗਦਾ, ਚੱਕ ਕੇ ਨਹੀਂ ਪੀਂਦਾ। ਉਹ ਯਾਰ ਮੈਂ ਭਗਤਾ ਜਾਣ ਦੇ ਫੇਰ ਹੀ ਲੱਗੂੰਗਾ ਯਾਰ ਕਰਨ ਤਾਂ ਕੰਮ। ਪੁੱਤ ਜਦੋਂ ਘਰੇ ਡੱਕਾ ਨਹੀਂ ਤੋੜਦਾ ਤੂੰ ਉੱਥੇ ਕਿਵੇਂ ਕਰ ਲੇਗਾ? ਉਹ ਯਾਰ ਘਰੇ ਤਾਂ ਹੁਣ ਕੀ ਡੱਕਾ ਤੋੜਨ ਨੂੰ, ਘਰੇ ਕੋਈ ਕੰਮ ਹੀ ਨਹੀਂ ਹੁੰਦਾ। ਰੋਟੀ ਪਾਣੀ ਉਹ ਤੁਸੀਂ ਪਕਾ ਦਿੰਦੇ ਹੋ, ਹੋਰ ਕੀ ਕੰਮ ਹੁੰਦਾ ਯਾਰ? ਕਾਲਜ ਵਗ ਜਾਂਦੇ ਆ। ਪੁੱਤ ਰੋਟੀ ਤਾਂ ਹੁੰਦਾ ਕੰਮ ਪਕਾਉਣਾ ਬੁੜੀਆਂ ਦਾ, ਪਰ ਬੰਦਿਆਂ ਦੇ ਕੰਮ ਹੋਰ ਬਥੇਰੇ ਨੇ। ਪਰ ਮੈਨੂੰ ਲੱਗਦਾ ਨਹੀਂ ਭਾਈ ਵੀ ਤੂੰ ਕੰਮ ਕਰ ਲੇਗਾ। ਯਾਰ ਤੂੰ ਜਾਣ ਦੇਂਗੀ ਫੇਰ ਇਹ ਕਰੂੰਗਾ ਨਾ ਕੰਮ ਬੇਬੇ। ਜਾਣ ਤਾਂ ਚੱਲ ਵਗ ਜਾ, ਮੈਂ ਤੈਨੂੰ ਜਾਣੋਂ ਨਹੀਂ ਹਟਾਉਂਦੀ, ਪਰ ਪੁੱਤ ਦਿੱਲੀ ਵਰਗੇ ਸ਼ਹਿਰ 'ਚ ਤੇਰਾ ਕੁਛ ਨਹੀਂ ਵੱਟੀਦਾ ਉੱਥੇ। ਯਾਰ ਕੁਛ ਨਹੀਂ ਹੁੰਦਾ, ਮੈਂ ਉਹਦੇ ਨਾਲ ਗੱਲ ਕਰੀ ਹੈ, ਇੱਕ ਮੈਂ ਜਾਊਂਗਾ, ਇੱਕ ਆਈ ਨਹੀਂ ਪਤਾ ਰਿਹਾਨ ਜਾਵੇ, ਅਸੀਂ ਅੱਜ ਸ਼ਾਮ ਵਾਲੀ ਟ੍ਰੇਨ ਹੀ ਚੜਾਂਗੇ। ਚੱਲ ਚੜ੍ਹਤਾ ਜਾ ਪੁੱਤ, ਪਰ ਮੈਨੂੰ ਕੋਈ ਨਾ, ਮੈਂ ਆਪਦੇ ਕੱਪੜੇ ਲੀੜੇ ਪਾਉਣਾ ਅੰਦਰ ਜਾ ਕੇ। ਠੀਕ ਹੈ, ਬਸ ਮੈਂ ਉਹਨੂੰ ਕਰ ਦੂੰਗਾ ਫੋਨ, ਘੰਟੇ ਕੁ ਤੱਕ ਜਾਵਾਂਗੇ। ਚੱਲ ਕੋਈ ਨਾ ਵਗ ਜਾ। ਉੱਟ ਜਾਂਗੇ ਬੁਲਟ ਤੇ ਆਪਾਂ ਚੜ ਕੇ, ਅੱਜ ਟਾਈਮ ਤੇ ਸੋਹਣੀ ਇਹ ਉੱਡ ਜਾਂਗੇ। ਚੰਗਾ ਮਾਂ ਮੈਂ ਚੱਲਦਾ। ਚੰਗਾ ਤੂੰ ਹੀ ਨਾ ਸੋਚ ਸੂਚ ਜੇ ਕਰੀ ਜਾਈ, ਪਰ ਟੈਨਸ਼ਨ ਨਹੀਂ ਕੋਈ, ਧਿਆਨ ਰੱਖੀ ਆਪਦਾ। ਉਹ ਯਾਰ ਮਾਂ ਮੈਂ ਧਿਆਨ ਹੀ ਰੱਖੂੰਗਾ, ਮੈਂ ਫੋਨ ਕਰਦਾ ਰਹੂੰਗਾ। ਠੀਕ ਹੈ, ਮੇਰੇ ਖਿਆਲ 'ਚ ਮੇਰੇ ਨਾਲ ਜਾਊਗਾ ਰਿਹਾਨ, ਹਾਲੇ ਉਹਦਾ ਪੱਕਾ ਜਾਂ ਨਹੀਂ ਪਤਾ, ਮੈਨੂੰ ਕਹਿੰਦਾ ਸੀ, ਕਹਿੰਦਾ ਚੱਲ ਯਾਰ ਮੈਂ ਬਾਪੂ ਨੂੰ ਪੁੱਛਦਾ, ਨਿੰਗੂ 1-2 ਦਿਨਾਂ ਤੱਕ ਆਊਗਾ। ਚੱਲ ਕੋਈ ਗੱਲ ਨਹੀਂ, ਮੇਰੀ ਗੱਲ ਸੁਣ, ਧਿਆਨ ਰੱਖੀ ਪੁੱਤ, ਕਿਤੇ ਉੱਥੇ ਜਾ ਕੇ ਮਾਂ ਨੂੰ ਨਾ ਭੁੱਲ ਜੀ। ਉਹ ਨਹੀਂ ਭੁੱਲਦਾ, ਬਗਤਾ ਜਾਣ ਦੇ। ਚੱਲ ਠੀਕ ਹੈ। ਚੰਗਾ ਪੁੱਤ, ਫਿਕਰ ਤਾਂ ਹੁੰਦੇ ਹੀ ਹੈ, ਇੱਕ ਪੁੱਤ ਉੱਥੇ ਪਰਦੇਸਾਂ 'ਚ ਬੈਠਾ ਹੈ, ਤੂੰ ਸੀ ਮੇਰੇ ਕੋਲੇ, ਤੂੰ ਵੀ ਚੱਲੇ। ਚੱਲ ਕੋਈ ਨਾ, ਚੰਗਾ ਤੂੰ ਆਏ ਦਿਲ ਦੇ ਡਿੱਗਣ ਵਾਲੀਆਂ ਗੱਲਾਂ ਨਾ ਕਰ। ਚੰਗਾ ਚੰਗਾ ਪੁੱਤ, ਉੱਡ ਜਾਂਦੇ ਬੁਲਟ ਤੇ ਆਪਾਂ ਚੜ ਕੇ ਨਹੀਂ ਟਾਈਮ ਤੇ ਸੋਣੀ ਹੈ। ਤੂੰ ਕਿੱਧਰ ਚੱਕ ਲਿਆ ਹੁਣ ਬੈਗ? ਉਹ ਯਾਰ ਭਾਬੀ ਟੋਕਿਆ ਨਹੀਂ ਕਰਦੇ ਜਦੋਂ ਕੋਈ ਬੰਦਾ ਜਾਂਦਾ ਹੋਵੇ, ਮੈਨੂੰ ਕਾਲੀ ਹੈ, ਮੇਰੀ ਟ੍ਰੇਨ ਨਾ ਲੰਘ ਜੇ, ਤੂੰ ਬੇਬੇ ਨੂੰ ਪੁੱਛਣੀ ਜਿਹੜੀ ਗੱਲ ਪੁੱਛਣੀ ਹੈ। ਇਹ ਅੱਜ ਕੱਲ ਕੋਈ ਦੱਸ ਕੇ ਨਹੀਂ ਜਾਂਦਾ, ਲੈ ਮੈਨੂੰ ਕਾਲੀ ਹੈ, ਖਾ ਬੇਬੇ ਨੂੰ ਪੁੱਛ ਲਈ। ਚੱਲ ਮੈਂ ਬੇਬੇ ਨੂੰ ਪੁੱਛਦੀ ਹਾਂ। ਬੇਬੇ ਆ ਇਸ਼ੂ ਕਿੱਧਰ ਗਿਆ ਬੈਗ ਲੈ ਕੇ? ਨਹੀਂ ਉਹਨੂੰ ਨਾ ਕੰਮ ਮਿਲ ਗਿਆ ਗੁੜਗਾਓਂ, ਪਤਾ ਨਹੀਂ ਦਿੱਲੀ। ਅੱਛਾ, ਕਹਿੰਦਾ ਉੱਥੇ ਹੁਣ ਤਾਂ ਲੱਗਦੇ ਨੂੰ ਕਿਹੜਾ 10-12 ਹਜ਼ਾਰ ਦੇਣਗੇ, ਫਿਰ 2 ਮਹੀਨੇ 'ਚ 20,000 ਤਨਖਾਹ ਕਰ ਦੇਣਗੇ। ਪਹਿਲਾਂ ਤਾਂ ਇਹਨੇ ਕਦੇ ਗੱਲ ਨਹੀਂ ਕੀਤੀ। ਗੱਲ ਤਾਂ ਮੇਰੇ ਕੋਲ ਵੀ ਨਹੀਂ ਕਰੀ, ਅੱਜ ਇਹ ਗੱਲ ਕੀਤੀ ਸੀ। ਮੈਂ ਦੱਸ ਮੈਂ ਰਹਿਣ ਦੇ, ਕਹਿੰਦਾ ਨਹੀਂ ਮਾਂ ਜਾ ਲੈਣ ਦੇ। ਕਹਿੰਦਾ ਚੱਲ ਸ਼ੁਕਰ ਇਹਨੂੰ ਵੀ ਕੰਮ ਮਿਲ ਗਿਆ, ਇੱਥੇ ਫਿਰ ਕੇ ਆਵਾਰਾ ਲਾਥੇ ਹੋਣਾ ਸੀ ਇਹਨੇ, ਕੋਈ ਕੰਮ ਲੱਗ ਜੂਗਾ। ਚੱਲ ਇਹ ਤਾਂ ਤੇਰੀ ਗੱਲ ਸਹੀ ਹੈ, ਚੱਲ ਕੋਈ ਨਾ। ਹਾਂ ਬਸ ਮੈਂ 5 ਮਿੰਟ ਜਾ ਕੇ ਘਰੋਂ ਨਿਕਲਦੀ ਹਾਂ। ਬਸ ਆਖੀ ਖੁਸ਼ੀ। ਹਾਂਜੀ ਮਾਂ। ਤੂੰ ਪੁੱਤ? ਮੈਂ ਬਸ ਆਉਂਦੀ ਸੀ ਨਾ ਸਹੇਲੀ ਦੇ ਘਰ ਅਸਾਈਨਮੈਂਟ ਫੜਨ ਲੈ ਕੇ ਜਾਣੀ ਸੀ। ਅੱਛਾ ਛੇਤੀ ਆ ਜੀ ਫਿਰ। ਹਾਂ ਹਾਂ ਬਸ ਆ ਗਈ। ਚੰਗਾ।
ਲੈ ਛੇਤੀ ਕਰ, ਮੈਂ 5 ਮਿੰਟ ਹੀ ਕਹਿ ਕੇ ਆਈ ਹਾਂ ਘਰੇ। ਓਕੇ ਯਾਰ, 5 ਮਿੰਟ 5 ਮਿੰਟ ਦੇਖੀ, ਮੈਂ ਤਾਂ ਇਹ ਗੱਲ ਕਹਿਣਾ ਵੀ ਆਜਾ ਆਪਾਂ ਹੁਣ ਬਾਕੀ ਚੱਲਦੇ, ਮੈਂ ਤਾਂ ਚੱਕ ਲਿਆ ਬੈਗ ਬੂਗ। ਇੰਨੀ ਛੇਤੀ ਕੀ ਹੋਇਆ ਸੀ ਤੈਨੂੰ? ਉਹ ਯਾਰ ਮੇਰੀ ਗੱਲ ਸੁਣ ਲੈ, ਮੈਂ ਤਾਂ ਘਰੇ ਇਹ ਗੱਲ ਕਹਿਤੀ ਵੀ ਮੈਂ ਨਹੀਂ 6 ਮਹੀਨੇ ਮੁੜਦਾ, ਮੇਰੀ ਤਾਂ ਨੌਕਰੀ ਲੱਗ ਗਈ ਹੁਣ ਦਿੱਲੀ। ਤੈਨੂੰ ਕਿਹਾ ਸੀ ਨਾ ਵੀ ਹਜੇ ਆਪਣੇ ਕੋਲ ਸਹੀ ਟਾਈਮ ਆਇਆ ਉਦੋਂ ਦੇਖਾਂਗੇ ਆਪਾਂ। ਯਾਰ ਮੇਰੀ ਗੱਲ ਤਾਂ ਸੁਣ ਲੈ, ਤੂੰ 1-2 ਦਿਨ 'ਚ ਜਿਵੇਂ ਮਰਜ਼ੀ ਕਰ, ਤੂੰ ਛੇਤੀ ਕਰ, ਇਸਨੇ ਮੈਂ ਰਿਹਾਨ ਕੋਲ ਹੈਗਾ। ਚੱਲ ਠੀਕ ਹੈ, ਇੰਨੇ ਤੂੰ ਮੈਨੂੰ ਸਮਾਨ ਫੜਾ, ਫਿਰ ਮੰਮੀ ਵੀ ਦੇਖ ਦੇਣਗੇ। ਮੰਮੀ ਤੇ ਭਾਬੀ ਦੇ ਸਾਰੇ ਗਹਿਣੇ ਨੇ। ਕੋਈ ਨਾ ਕੋਈ ਨਾ ਕੋਈ ਨਾ, ਚੱਲ ਠੀਕ ਹੈ ਫਿਰ ਆਪਾਂ ਮਿਲਦੇ ਹਾਂ। ਹਾਂ ਮੇਰੀ ਗੱਲ ਸੁਣ ਲੈ, ਤੂੰ ਛੇਤੀ ਕਰੀ, ਠੀਕ ਹੈ? ਚੱਲ ਕੋਈ ਨਾ, ਦੇਖਦੇ ਹਾਂ। ਮੇਰੀ ਗੱਲ ਸੁਣ, ਹਾਂ ਮੈਂ ਤੈਨੂੰ ਇੱਕ ਸੱਚ ਦੱਸਣਾ। ਕੀ? ਮੇਰੇ ਕੋਲ ਕੋਈ ਗੱਡੀਆਂ ਨਹੀਂ, ਕੋਈ ਨਹੀਂ ਜ਼ਮੀਨ ਨਹੀਂ, ਦੇਖ ਠੀਕ ਹੈ? ਮੈਂ ਤੈਨੂੰ ਪਿਆਰ ਕਰਦਾ, ਮੈਂ ਨਹੀਂ ਚਾਹੁੰਦਾ ਵੀ ਮੈਂ ਤੈਨੂੰ ਕਿਸੇ ਵੀ ਧੋਖੇ 'ਚ ਰੱਖਾਂ। ਅੱਛਾ ਤੇਰੇ ਕੋਲ ਕੁਝ ਵੀ ਨਹੀਂ ਹੈਗਾ, ਤੂੰ ਫਿਰ ਐਵੇਂ ਮੈਨੂੰ ਇੰਨੀ ਵਾਰੀ ਝੂਠ ਬੋਲੀ ਗਿਆ? ਮੈਂ ਤਾਂ ਯਾਰ ਤੈਨੂੰ ਛੋਟਾ ਝੂਠ ਬੋਲਿਆ ਸੀ, ਇਸ ਕਰਕੇ ਵੀ ਤੂੰ ਮੈਥੋਂ ਦੂਰ ਨਾ ਹੋ ਜਾਏ, ਮੈਂ ਤੈਨੂੰ ਇੰਨਾ ਪਿਆਰ ਕਰਦਾ ਤਾਂ ਕਰਕੇ। ਦੇਖ ਲੈ ਯਾਰ, ਚੱਲ ਕੋਈ ਨਾ, ਦੇਖਦੇ ਹਾਂ ਕੀ ਬਣਦਾ। ਮੈਂ ਤਾਂ ਆਪਣੀ ਸਾਰੀ ਘਰ ਦੀ ਪੂੰਜੀ ਲਿਆ ਕੇ ਤੇਰੇ ਹੱਥਾਂ 'ਚੋਂ ਫੜਾਤੀ, ਹੁਣ ਮੇਰੀ ਇੱਜ਼ਤ ਤੇਰੇ ਹੱਥਾਂ 'ਚ। ਕੋਈ ਨਾ ਕੋਈ ਨਾ, ਆਪਾਂ ਦੇਖਦੇ ਹਾਂਗੇ, ਜਦੋਂ ਮੈਨੂੰ ਸਹੀ ਜਿਹਾ ਟਾਈਮ ਲੱਗਿਆ ਨਾ ਉਦੋਂ ਦੇਖ ਲਾਂਗੇ। ਮੈਂ ਵੇਟ ਕਰੂੰਗਾ। ਚੱਲ ਮੰਮੀ ਵੀ ਉਡੀਕਦੇ ਹੋਣਗੇ, ਮੈਂ ਉਹਨੂੰ, ਮੈਂ ਤਾਂ 5 ਮਿੰਟ ਹੀ ਕਹਿ ਕੇ ਆਈ ਸੀ ਸਿਰਫ। ਮੇਰੀ ਗੱਲ ਸੁਣ, ਤੂੰ 1-2 ਦਿਨਾਂ 'ਚ ਪੱਕਾ ਆ ਗਈ? ਹਾਂ ਹਾਂ ਕੋਈ ਨਾ, ਠੀਕ ਹੈ ਓਕੇ, ਕੱਲ੍ਹ ਮਿਲ ਗਿਆ ਫਿਰ। ਮੈਂ ਵੇਟ ਕਰੂੰਗਾ। ਹਾਂ ਹਾਂ ਕੋਈ ਨਾ, ਮੇਰੀ ਗੱਲ ਸੁਣ। ਹਾਂ ਹੁਣ ਕੀ ਹੋ ਗਿਆ? ਮੇਰੀ ਗੱਲ ਸੁਣ, ਮੈਂ ਸਾਰੀ ਪਲੈਨਿੰਗ ਕਰ ਰੱਖੀ ਹੈ, ਰਿਹਾਨ ਨੂੰ ਕਹਿਤਾ ਉਹ ਆਪਾਂ ਨੂੰ ਇੱਥੇ ਚੰਡੀਗੜ੍ਹ ਵਾਲੀ ਬੱਸ ਚੜ੍ਹਾ ਦੂਗਾ, ਉੱਥੇ ਅੱਗੇ ਇੱਕ ਮੇਰਾ ਦੋਸਤ ਹੈਗਾ ਉਹਨੇ ਕਮਰਾ ਵੀ ਪੁੱਛ ਰੱਖਿਆ, ਅਤੇ ਆਪਾਂ ਅੱਗੇ ਫਿਰ ਕੋਰਟ ਮੈਰਿਜ ਕਰਾ ਲਾਂਗੇ। ਚੱਲ ਕੋਈ ਨਾ, ਵੇਖਦੇ 1-2 ਦਿਨ ਹਜੇ ਸਬਰ ਕਰਨਾ ਪਊਗਾ, ਦੇਖ ਲੈਣਾ ਕੋਈ ਨਾ। ਚੱਲ ਠੀਕ ਕਰੀ ਜਾਂਗਾ, ਜਾ ਕੋਈ ਨਾ ਕੋਈ ਨਾ, ਨਾ ਨਾ ਕੋਈ ਨਾ। ਯਾਰ ਇੱਥੇ ਸਿਰ ਦਾ ਨੰਗ ਮਲੰਗ ਨਿਕਲ ਗਿਆ, ਮੈਂ ਕਿੱਥੇ ਹੈ ਨਾ, ਕਿੰਨੇ ਸੁਪਨੇ ਸੋਚੇ ਸੀ, ਹਾਂ ਗੱਡੀਆਂ 'ਚ ਘੁੰਮਿਆ ਕਰੂੰਗੀ, ਇਹ ਤਾਂ ਸਾਰੇ ਸੁਪਨੇ ਮੇਰੇ ਤੋੜ ਕੇ ਰੱਖੂ ਮੈਨੂੰ ਲੱਗਦਾ। ਚੱਲ ਜੇ ਨਾ ਹਟਿਆ ਮੈਂ ਬਲੌਕ ਕਰ ਦੂੰ ਆਪਣਾ ਕੀ ਜਾਂਦਾ। ਅੱਛਾ ਬਾਈ, ਫਿਰ ਭੱਜ ਗਏ ਸੀ ਇਹ? ਭੱਜੇ ਨਹੀਂ ਹੈਗੇ ਬਾਈ, ਜਦੋਂ ਮੁੰਡਾ ਮੇਰੇ ਕੋਲ ਆ ਗਿਆ ਸੀਗਾ ਅਤੇ ਉਸ ਕੁੜੀ ਨੇ ਆਪਣਾ ਫੋਨ ਬੰਦ ਕਰ ਲਿਆ, ਬਾੜੀਆਂ ਕੋਸ਼ਿਸ਼ਾਂ ਕਰਦਾ ਸੀਗਾ ਹਰ ਰੋਜ਼ ਬੈਠਾ, ਪਰ ਉਸ ਕੁੜੀ ਨੇ ਫੋਨ ਹੀ ਨਹੀਂ ਚੱਕਿਆ ਹੈਗਾ। ਬਾੜੀ ਵਾਰ ਉਹਦੇ ਘਰ ਅੱਗੇ ਵੀ ਗਿਆ ਪਰ ਉਹਦੇ ਘਰ ਮਿਲੀ ਨਹੀਂ ਹੈਗੀ, ਹੈ ਨਾ, ਅਤੇ ਉਹ ਵਿਚਾਰੇ ਦੀ ਇੰਨੀ ਹਿੰਮਤ ਨਹੀਂ ਹੋਈ ਉਹਦੇ ਘਰ ਜਾ ਸਕੇ। ਬਸ ਯਾਰ ਹੌਲੀ ਹੌਲੀ ਉਹ ਵਿਚਾਰਾ ਉਸ ਚੀਜ਼ ਨੂੰ ਬਰਦਾਸ਼ਤ ਹੀ ਨਹੀਂ ਕਰ ਸਕਿਆ, ਘਰੋਂ ਗਹਿਣੇ ਚੱਕੇ ਸੀਗੇ, ਪਾਗਲੀ ਹੋ ਗਿਆ ਬਾਈ। ਬਸ ਯਾਰ ਕੰਧਾਂ 'ਤੇ ਹੁਣ ਐਂ ਲਿਖਦਾ ਫਿਰੀ ਜਾਂਦਾ, ਧੋਖੇਬਾਜ਼ ਧੋਖੇਬਾਜ਼ ਧੋਖੇਬਾਜ਼। ਬਾਈ ਮੇਰੇ ਸੜਵੀ ਨੇ ਬਹੁਤ ਮਾੜਾ ਕਰਿਆ ਉਹਨੇ, ਹੋਰ ਬਾਈ ਜੇ ਗੁੱਸਾ ਨਾ ਕਰੇ ਤਾਂ ਮੈਂ ਉਹਦੀ ਫੋਟੋ ਦੇਖ ਸਕਦਾ? ਫੋਟੋ ਬਾਈ ਯਾਰ, ਹਾਂ ਮੈਂ ਬਾਈ ਤੈਨੂੰ ਫੋਟੋ ਦਿਖਾ ਦਿੰਦਾ ਕੁੜੀ ਦੀ। ਆ ਕੁੜੀ ਯਾਰ। ਹਾਂ ਬਾਈ ਜਾਣਦਾ ਤੂੰ ਇਹਨੂੰ? ਉਹ ਮੈਂ ਤੈਨੂੰ ਜਾਣਦਾ, ਪਰ ਤੂੰ ਇਹ ਦੱਸ ਮੈਨੂੰ ਵੀ ਪੱਕਾ ਆਹੀ ਕੁੜੀ ਹੈ? ਹਾਂ ਵੀਰੇ ਆਹੀ ਕੁੜੀ ਹੈ। ਕਮਾਲ ਆ ਯਾਰ, ਤੂੰ ਝੂਠ ਬੋਲੀ ਜਾਂਦਾ ਹੁਣ। ਬਾਈ ਯਾਰ ਮੈਂ ਤੈਨੂੰ ਸਾਰੀ ਗੱਲ ਦੱਸਦਾ, ਮੈਂ ਕਿਉਂ ਝੂਠ ਬੋਲੂੰਗਾ ਯਾਰ? ਯਾਰ ਕਮਾਲ ਦੀ ਗੱਲ ਆ, 1.5 ਸਾਲ ਹੋ ਗਏ ਮੇਰੇ ਨਾਲ ਫਰੈਂਡਸ਼ਿਪ, ਇਹਦੇ ਨਾਲ ਮੇਰੇ ਨਾਲ ਤਾਂ ਰੋਜ਼ ਗੱਲਾਂ ਕਰਦੀ ਹੈ ਫੋਨ 'ਤੇ। ਤੇਰੇ ਨਾਲ ਫਰੈਂਡਸ਼ਿਪ ਇਸ ਕੁੜੀ ਦੀ? ਹਾਂ ਬਾਈ ਮੇਰੇ ਤਾਂ ਮਤਲਬ ਸਾਡਾ ਤਾਂ ਵਧੀਆ ਚੱਲ ਰਿਹਾ ਸਿਸਟਮ, ਵਿਆਹ ਦੀ ਗੱਲ ਵੀ ਹੋਣ ਲੱਗੀ ਸਾਡੀ ਤਾਂ, ਘਰੇ ਗੱਲ ਤੋਰ ਲਈ ਹੈ ਮੈਂ ਤਾਂ। ਬਾਈ ਇੱਕ ਗੱਲ ਕਹਾਂ ਤੇਰੀ, ਮੈਂ ਮੇਰੇ ਬਾਈ ਦਾ ਜਲੂਸ ਕੱਢਤਾ ਉਹਨੇ, ਬਾਈ ਬਚ ਕੇ ਰਹੀ ਇਹ ਤੋਂ, ਬਾਕੀ ਤੇਰੀ ਮਰਜ਼ੀ ਵੀਰੇ।
ਨਾ ਬਾਈ ਇਹ ਤਾਂ ਬਹੁਤ ਵਧੀਆ ਹੋਇਆ, ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਉਹਦੇ ਬਾਰੇ, ਅਤੇ ਬਾਕੀ ਹੁਣ ਤੂੰ ਵੇਖਦਾ ਚੱਲ, ਆਪਣੇ ਬਾਈ ਦਾ ਨਾ ਬਦਲਾ ਮੈਂ ਲੈ ਕੇ ਦਿਖਾਉਂ। ਕੋਸ਼ਿਸ਼ ਕਰੀ ਬਾਈ ਬਾਈ ਦੀ। ਕੋਈ ਨਾ ਬਾਈ, ਮੈਨੂੰ ਸਭ ਸਮਝ ਆ ਗਿਆ ਹੁਣ, ਚੱਲ ਠੀਕ ਹੈ। ਠੀਕ ਹੈ ਵੀਰੇ, ਲੋੜ ਹੋਈ ਮੈਨੂੰ ਦੱਸ ਦੀ। ਕੋਈ ਨਾ ਬਾਈ।